ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਤੋਂ ਅੱਜ ਸੁਨਾਮ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿੱਚ ਸਾਬਕਾ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਵਰਕਰਾਂ ਦੀ ਇੱਕ ਬੱਸ ਰਵਾਨਾ ਹੋਈ। ਇਸ ਸਮੇਂ ਉਹਨਾਂ ਲਾਈਫਰੰਗ ਮੀਡੀਆ ਦੇ ਪੱਤਰਕਾਰ ਤੇਜੀ ਸਜੂਮਾ ਨਾਲ ਗੱਲਬਾਤ ਕਰਦਿਆਂ ਕਿਹਾ, ਹਾਂਜੀ ਤੁਸੀਂ, ਤੁਹਾਡੇ ਕੋਲ ਕੀ ਆਉਂਦਾ ਸਰ ਜੀ? ਮੈਂ ਨਮੋਲ ਪਿੰਡ ਤੋਂ ਸਾਬਕਾ ਸਰਪੰਚ ਚਰਨਜੀਤ ਸਿੰਘ ਹਾਂਜੀ ਨਮੋਲ। ਹਾਂਜੀ, ਕੈਪਟਨ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਜੀ ਤੁਸੀਂ? ਕੈਪਟਨ ਸਰਕਾਰ ਬਾਰੇ ਮੈਂ ਵਧੀਆ, ਮਤਲਬ ਵਧੀਆ ਮੰਨਦਾ ਸਰਕਾਰ ਨੂੰ ਵੀ, ਵਧੀਆ ਨੀਤੀਆਂ ਨੇ ਕਿਸਾਨਾਂ ਪ੍ਰਤੀ, ਮਜ਼ਦੂਰਾਂ ਪ੍ਰਤੀ, ਮਤਲਬ ਸਾਡੀਆਂ ਜਿਣਸਾਂ ਪ੍ਰਤੀ, ਵੇਚਣ ਪ੍ਰਤੀ, ਮਤਲਬ ਜਿੰਨਾ ਵੀ ਹੋਇਆ ਸਾਡਾ ਜ਼ਿਮੀਂਦਾਰਾਂ ਦਾ, ਛੋਟਿਆਂ ਦਾ, ਵੱਡਿਆਂ ਦਾ ਕਰਜ਼ਾ 9 ਲੱਖ, ਕਿਸੇ ਦਾ 1.25 ਲੱਖ, ਕਿਸੇ ਦਾ 1.5 ਲੱਖ ਮਾਫ਼ ਹੋਇਆ। ਚੰਗੀ ਹੈ ਸਰਕਾਰ ਦੀ ਸੋਚ, ਮੰਨਦੇ ਹਾਂ ਅਸੀਂ ਵੀ ਗਾਹਾਂ ਦੀ ਸਰਕਾਰ। ਮਤਲਬ ਕੀ ਲੱਗਦਾ ਤੁਹਾਨੂੰ, ਇਹ ਕਿੱਥੋਂ ਕੇਬਲ ਢਿੱਲੋਂ ਜੀ ਲੈ ਜਾਣਗੇ ਸੀਟ? ਨਹੀਂ, ਸਾਡੀ ਤਾਂ ਅਸੀਂ ਤਾਂ ਸਿਰ ਤੋੜ ਮਿਹਨਤ ਕਰਨ ਵਾਲੇ ਵਰਕਰਾਂ, ਵੀ ਪੂਰੀ ਪਿੰਡ 'ਚੋਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਲੀਡ ਦਵਾਈਏ। ਲੋਕਾਂ ਦਾ ਵੀ ਫਰਜ਼ ਬਣਦਾ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ, ਵੀ ਆਪਦੇ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਵੀ ਕਿਹੜੀ ਪਾਰਟੀ ਕਿਹੜੇ ਕਿਸੇ ਕੁਛ ਕਰ ਸਕਦੀ ਹੈ। ਉਹ ਕਾਂਗਰਸ ਸਰਕਾਰ ਹੀ ਹੈ, ਕਾਂਗਰਸ ਵਰਕਰ ਹੀ ਨੇ ਜਿਹੜਾ। ਆਪਣੇ ਪਰਮਿੰਦਰ ਢੀਂਡਸਾ ਬਾਰੇ ਕੀ ਕਹਿਣਾ ਚਾਹੋਗੇ ਜੀ ਕੁਛ? ਪਰਮਿੰਦਰ ਢੀਂਡਸਾ ਬਾਰੇ ਮੈਂ ਕਹਿ ਰਿਹਾ ਵੀ ਅੱਜ ਤੋਂ ਮਤਲਬ 30 ਸਾਲ ਹੋ ਗਏ ਸੰਗਰੂਰ ਜ਼ਿਲ੍ਹੇ ਦੇ ਕਾਬਜ਼ ਨੂੰ। 15 ਸਾਰੇ MPP ਰਹੇ ਨੇ, ਸੈਂਟਰ ਸਰਕਾਰ 'ਚ ਕੈਬਨਿਟ ਮੰਤਰੀ ਵੀ ਰਹੇ ਨੇ, ਪੰਜਾਬ ਸਰਕਾਰ 'ਚ ਵੀ ਮੰਤਰੀ ਰਹੇ ਨੇ। ਸੰਗਰੂਰ ਜ਼ਿਲ੍ਹੇ 'ਚ ਕੋਈ ਇਹੀ ਇੰਡਸਟਰੀ ਨਹੀਂ ਆਈ, ਨਾ ਕੋਈ ਮਤਲਬ ਜਿਹੜੇ ਸਾਡੇ ਨੌਜਵਾਨਾਂ ਨੂੰ, ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ। 30 ਸਾਲ ਦਾ ਵੀ ਜਦੋਂ ਮਤਲਬ ਸੰਗਰੂਰ ਦਾ ਵਿਕਾਸ ਕਰ ਸਕੇ, ਨੌਜਵਾਨਾਂ ਸਕੇ, ਅੱਜ ਇਹਨਾਂ ਨੂੰ ਜਿੱਥੇ ਆ ਕੇ ਅਸੀਂ ਮਤਲਬ ਫਿਰ ਵੀ ਗਲਤ ਕਦਮ ਚੱਕਾਂਗੇ ਜੇ ਪਰਮਿੰਦਰ ਢੀਂਡਸਾ ਨੂੰ ਕੋਈ ਵੋਟ ਪਾਉਂਦਾ, ਮੈਂ ਉਸ ਨੂੰ ਵਧੀਆ ਜਾਣਾ। ਅਤੇ ਇੱਕ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਖੜ੍ਹੇ ਹੋਏ ਹੋਏ ਨੇ, ਉਹਨਾਂ ਵੀ ਕੀ ਕਹੋਗੇ ਉਹਨਾਂ ਬਾਰੇ? ਆਮ ਆਦਮੀ ਪਾਰਟੀ ਦੀ ਮਤਲਬ ਜਿਹੜੀ ਕੋਈ ਪੰਜਾਬ 'ਚ ਕੋਈ ਹੋਂਦ ਨਹੀਂ, ਨਾ ਕੋਈ ਸੈਂਟਰ 'ਚ ਸਰਕਾਰ ਬਣਨੀ ਹੈ। ਜੋ ਵੀ MP ਬਣਨਾ ਸਰੂਰ ਦਾ, ਉਹਨੇ ਸੈਂਟਰ ਦੀ ਸਰਕਾਰ ਪ੍ਰਤੀ ਹੀ ਮਤਲਬ ਲੋਕਾਂ ਦੀ ਤਰਜੀਹ, ਲੋਕਾਂ ਖਾਤਰ ਕੋਈ ਬਿਜਨਸ ਸੰਬੰਧੀ